ਬੀਤੇ ਦਿਨ ਹੀ ਡਾਇਮੰਡ ਸਟਾਰ ਗੁਰਨਾਮ ਪੁੱਲਰ ਦਾ ਵਿਆਹ ਬੱਲਪ੍ਰੀਤ ਕੌਰ ਬਿਰਕ ਨਾਲ ਹੋ ਚੁੱਕਿਆ ਹੈਗਾ ਤੇ ਗੁਰਨਾਮ ਪੁੱਲਰ ਦੇ ਵਿਆਹ ਦੇ ਵਿੱਚ ਬਹੁਤ ਘੱਟ ਗੈਂਤੀ ਦੇ ਵਿੱਚ ਸਿੰਗਰ ਪਹੁੰਚੇ ਸੀਗੇ ਤੇ ਲੋਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਪਏ ਨੇ ਕਿ ਗੁਰਨਾਮ ਪੁੱਲਰ ਨੇ ਲੱਖਾਂ ਕੁੜੀਆਂ ਦਾ ਦਿਲ ਤੋੜ ਦਿੱਤਾ ਕਿਉਂਕਿ ਕੁੜੀਆਂ ਨੇ ਜਿਹੜੀਆਂ ਕਿ ਗੁਰਨਾਮ ਪੁੱਲਰ ਦੀ ਸਮਾਈਲ ਦੇ ਉੱਪਰ ਬਹੁਤ ਜ਼ਿਆਦਾ ਮਰਦੀਆਂ ਸੀ ਤੇ ਉੱਥੇ ਹੀ ਲੋਕ ਨਾਲ ਦੀ ਨਾਲ ਸੋਨਮ ਬਾਜਵਾ ਨੂੰ ਵੀ ਟੈਗ ਕਰ ਕਰ ਲਿਖਦੇ ਪਏ ਨੇ ਕਿ ਸੋਨਮ ਬਾਜਵਾ ਦਾ ਵੀ ਦਿਲ ਤੋੜ ਦਿੱਤਾ ਗੁਰਨਾਮ ਪੁੱਲਰ ਨੇ ਕਿਉਂਕਿ ਆਪਾਂ ਅਕਸਰ ਜਦੋਂ ਵੀ ਕੋਈ ਗੁਰਨਾਮ ਪੁੱਲਰ ਦੀ ਸੋ ਫੋਟੋ ਆਉਂਦੀ ਸੀ ਤਾਂ ਲੋਕਾਂ ਦੁਬਾਰਾ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਤੇ ਲੋਕਾਂ ਨੂੰ ਇੰਜ ਵੀ ਲੱਗਦਾ ਸੀ ਕਿ ਗੁਰਨਾਪੂਲਰ ਤੇ ਸੋਨਾ ਬਾਜਵਾ ਵਿਆਹ ਕਰਵਾਉਣਗੇ ਪਰ ਉੱਥੇ ਹੀ ਇੱਕ ਸੋਨਾ ਬਾਜਵਾ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਜਿਸ ਦੇ ਵਿੱਚ ਸੋਨਾ ਬਾਜਵਾ ਗੁਰਨਾਪੂਲਰ ਨਾਲ ਵਿਆਹ ਕਰਵਾਉਣ ਦੇ ਵਿੱਚ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਕਿ ਮੈਂ ਗੁਰਨਾਪੂਲਰ ਨਾਲ ਵਿਆਹ ਨਹੀਂ ਕਰਵਾਉਣਾ ਕਿਉਂਕਿ ਗੁਰਨਾਪੂਲਰ ਆਪਣੇ ਯਾਰਾਂ ਦੋਸਤਾਂ ਨਾਲ ਬਹੁਤ ਰਹਿੰਦਾ ਤੇ ਮੈਨੂੰ ਇਦਾਂ ਦੇ ਬੰਦੇ ਪਸੰਦ ਨਹੀਂ ਹੈਗੇ ਬਾਕੀ ਤੁਸੀਂ ਉਹ ਸੋਨਾ ਬਾਜਵਾ ਦੀ ਅੱਗੇ ਕਲਿੱਪ ਵੀ ਚੱਲਦੀ ਦੇਖ ਸਕਦੇ ਹੋ ਮਿਲਦੇ ਆ ਕਿਸੇ ਹੋਰ ਅਪਡੇਟਾਂ ਰਹੀ ਰੱਬ ਰਾਖਾ ਮ ਦੇ ਵੀ ਇਹੋ ਇਦਾਂ ਦੇ ਮੁੰਡੇ ਦੇ ਨਾਲ ਅਡਜਸਟ ਕਰ ਸਰ ਮੈਨੂੰ ਤਾਂ ਪੂਰਾ ਟਾਈਮ ਚਾਹੀਦਾ ਪੂਰੀ ਅਟੈਂਸ਼ਨ ਚਾਹੀਦੀ ਹੈ ਮਤਲਬ ਕਿ ਗੁਨਾਮ ਭਾਜੀ ਫਰੈਂਡਸ ਦੇ ਨਾਲ ਟਾਈਮ ਸਪੈਂਡ ਕਰਦੇ ਆ ਤੇ ਇਹਨਾਂ ਨੂੰ ਪੱਕੀ ਨਾਲ ਆ ਸਾਰਾ ਟਾਈਮ ਉਹ ਫਰੈਂਡਸ ਦੇ ਨਾਲ ਰਹਿੰਦੇ ਆ ਸੌਣ ਦੇ ਵੀ ਨਾਲ ਆ ਉੱਠਦੇ ਵੀ ਨਾਲ ਆ ਖਾਂਦੇ ਵੀ ਨਾਲ ਆ ਜਿੰਮੀ ਨਾਲ ਬੰਦਾ ਇਹੋ ਜਿਹਾ ਥੋੜੀ ਰਹਿੰਦਾ ਯਾਰ ਜ਼ਿੰਦਗੀ ਕਦੇ ਰੋਮਾਂਟਿਕ ਹੁੰਦਾ ਹੈ ਦੇਖੋ